ਐਵੇਂ ਖੰਗ ਜੀ ਆ ਗਈ। ਸਲਾਮ ਅਲੈਕੁਮ ਭਾਜੀ, ਮੈਂ ਤੁਹਾਡਾ ਮੇਜ਼ਬਾਨ ਖਾਦਮੇ ਆਵਾਮ ਨੌਕਰ ਵੋਟੀ ਦਾ ਤੇ ਨਾਲੇ ਤੁਹਾਡੇ ਹੁਣ ਵਾਲੇ ਬੱਚਿਆਂ ਦਾ ਤਿੱਕਰਮਾਨ ਭੱਟੀ ਤੁਹਾਡੇ ਨਾਲ ਨਾਲ ਵੀਰੇ। ਲਓ ਜੀ ਲਾਈਵ ਆ ਗਏ, ਆਹ ਫੋਟੋ ਵੀ ਮੇਰੀ ਆ ਰਹੀ, ਇੱਧਰ ਵੀ ਆ ਰਹੀ, ਇੱਧਰ ਜਿਹੜੇ ਲੋਕੀ ਦੇਖ ਰਹੇ ਆ। ਸਲਾਮਅਲੈਕੁਮ, ਹੋਰ ਜੀ ਠੀਕ ਹੋ? ਆਂਦਾ ਕਿੱਥੇ ਪਹੁੰਚ ਲਓ, ਕੀ ਕਰ ਰਹੇ ਹੋ? ਹਾਂਜੀ ਆਹ ਬੱਚਾ ਗੋਦੀ 'ਚ ਕਰ ਲਓ। ਹਾਂ ਇਹ ਵਨ ਵੇ ਹੈ, ਕਿੱਧਰ ਗੱਡੀ ਲੈ ਕੇ ਫਿਰ ਰਹੇ ਹੋ? ਹਾਂਜੀ ਹਾਂਜੀ, ਆਹ ਦੇਖੋ ਕਿੱਡਾ ਸੋਹਣਾ ਮੁੰਡਾ ਲੱਗ ਗਿਆ। ਆਹ ਚੇਂਜ ਕੈਸਾ, ਆਹ ਜੜਦੀਆਂ ਮੁੱਛਾਂ ਕੈਸੀਆਂ, ਆਹ ਅਜੇ ਛੋਟੀਆਂ ਜੀ, ਪਾਣੀ ਪੂਣੀ ਨਹੀਂ ਦਿੱਤਾ, ਅੱਜ ਕੱਲ੍ਹ ਸ਼ਾਰਟੇਜ ਆ ਜੀ। ਮੈਂ ਵੀ ਕਮੇਟੀਆਂ ਪਾਈਆਂ। ਅੱਛਾ ਹਲਕਾ ਜਿਹਾ ਅਬਦੁੱਲਾ ਵੀ ਆਇਆ ਵਿੱਚ, ਇੱਧਰੋਂ ਦੀ ਆ ਕੇ ਭੱਜ ਗਿਆ। ਐਨੀਵੇਜ਼ ਲੇਡੀਜ਼ ਐਂਡ ਜੈਂਟਲਮੈਨ, ਥਿਸ ਇਜ਼ ਸੁਨੋ ਐਫਐਮ 89.4 ਇਸਲਾਮਾਬਾਦ। ਮਾਈ ਨੇਮ ਇਜ਼ ਆਰਜੇ ਭੱਟੀ, ਯੂ ਲਿਸਨਿੰਗ ਪ੍ਰੋਗਰਾਮ ਮਸਤੀ ਵਿਦ ਭੱਟੀ ਐਵਰੀ ਮੰਡੇ 2008 10 ਟੂ 12 AM। ਪ੍ਰੋਗਰਾਮ ਕੇ ਸਟਾਰਟਿੰਗ ਮੇਂ ਦੱਸਣਾ ਬਹੁਤ ਜ਼ਰੂਰੀ, ਵਟ ਇਜ਼ ਦਾ ਪ੍ਰੋਸੈਸ ਟੂ ਪਾਰਟੀਸਪੇਟ ਇਨ ਦਿਸ ਪ੍ਰੋਗਰਾਮ। ਇਸ ਪ੍ਰੋਗਰਾਮ ਮੇਂ ਕੈਸੇ ਆਪ ਸ਼ਮੂਲੀਅਤ ਇਖਤਿਆਰ ਕਰ ਸਕਤੇ ਹੈ, ਆਪਣੀ ਹੱਕੇ ਰਾਏ ਦੇਈ ਕਾ ਸਹੀ ਤੌਰ ਪਰ ਸਹੀ ਜਗ੍ਹਾ ਕੈਸੇ ਇਸਤੇਮਾਲ ਕਰ ਸਕਤੇ ਹੈ, ਵਿਦਆਊਟ ਐਨੀ ਕਾਇੰਡ ਆਫ ਹੈਜ਼ੀਟੇਸ਼ਨ, ਬਗੈਰ ਕਿਸੀ ਹਿਚਕਚਾਹਟ ਔਰ ਹਚ ਕੋ ਲੈ ਕੇ। सेल फोन के रेड ऑप्शन में जाकर अगर लिखना चाहें तो लिख सकते हैं, उसके लिए आपके पास एक अदद एंड्रॉयड सेल फोन या ना भी हो कोई मसला नहीं, लेकिन बायोमेट्रिक सिम होनी चाहिए है, ते नाल ओदे विच थोड़ा जा बैलेंस होना चाहिए। बिल्कुल ही शेख नहीं बन जाना, बाद च को शेख मैनू लोड कराई है, बूहे बारियां ते नाले लोड करा के मैं आवांगी हवा बन के। सो अगर आप अपनी पुट्ठी सीधी जी शायरी रेलेवेंट टू वैदर विद बरसात, वैसे खबरदार हो किसी ने मैनू बारिशां वाली आ शायरी शुरू करने की कोशिश की, अल्लाह जानदा गिट्टे भेज गए आ सारा मोमी लिफाफा उत्ते लिया, वह भी पेंचर सी। ਅਰੇ ਯਾਰ ਵੈਸੇ ਇੱਕ ਗੱਲ ਦੱਸੋ, ਆ ਜਿਹੜੇ ਮੈਨੂੰ ਇੱਧਰ ਵੀ ਦੇਖ ਰਹੇ ਹੋ ਜੋ ਸੁਣ ਰਹੇ ਆ, ਆਹ ਜਦੋਂ ਲੇਡੀਜ਼ ਲੂਡੀਜ਼ ਪ੍ਰੋਗਰਾਮ ਕਰਦੀਆਂ ਸੁਣਿਆ, ਬਹੁਤ ਸ਼ੇਅਰ ਕਰਦੇ ਹੋ ਤੁਸੀਂ ਆ ਵੀਡੀਓਜ਼, ਹਾਂ ਤਾਂ ਆਹ ਜਿਹੜੀ ਹੈ ਆਹ ਨਲਕਾ ਲੱਗਾ, ਆਹ ਭੱਟੀ ਹੈ ਯਾਰ, ਇਹਦੀ ਵੀ ਵੀਡੀਓ ਵੂਡੀਓ ਤੁਸੀਂ ਸ਼ੇਅਰ ਕਰਨੀ ਹੈ। ਅੱਛਾ ਚਲੋ, ਜਿੰਨੇ ਸਹੀ ਸ਼ੇਅਰ ਕੇ ਪਤਾ ਤਾਂ ਲੱਗ ਜਾਏਗਾ ਮੈਨੂੰ, ਜਿਸ ਨੇ ਸਹੀ ਵਾਹਵਾ ਕਰਕੇ ਸ਼ੇਅਰ ਕੀਤੀ ਨਾ ਉਹਦਾ ਫਿਰ ਨਾ, ਬਲਕਿ ਉਹਦੀ ਫੋਟੋ ਲਾਊਂਗਾ ਮੈਂ ਆਪਣੇ ਪ੍ਰੋਫਾਈਲ 'ਤੇ। ਚਲੋ ਗੱਲ ਖਤਮ ਹੋ ਗਈ, ਪੇਜ ਦੇ ਉੱਤੇ ਹੋਰ ਦੱਸੋ ਠੀਕ ਹੈ। ਐਨੀਵੇਜ਼ ਅੱਛਾ, ਸੈਲ ਫੋਨ ਕੇ ਰਾਜਪੁਰ ਮੈਂ ਜਾ ਕੇ ਲਿਖੇਂਗੇ, ਐਸ ਯੂ ਨੂੰ ਸੁਣੋ, ਦੈਨ ਸਪੇਸ ਯੋਰ ਟੈਕਸਟ ਮੈਸੇਜ ਐਂਡ ਸੈਂਡ ਇਨ ਟੂ 888 1 ਠੀਕ। ਅੰਗਰੇਜ਼ੀ ਆਉਂਦੀ ਹੈ ਸਿੱਖੀ, ਛੇਵੀਂ ਤੋਂ ਬਾਅਦ ਏ ਫੋਰ ਐਪਲ, ਬੀ ਫੋਰ ਬੈਟ, ਸੀ ਫੋਰ ਕੀ ਸੀ, ਕੈਚ ਸੀ, ਆਏ ਹਾਏ ਹਾਏ, ਸੀ ਫੋਰ ਸੀ ਚੇ ਨਾਲ ਬਣਦਾ ਨਾ, ਝੂਠ ਹਰ ਬੰਦਾ ਹੀ ਝੂਠ ਬੋਲੀ ਜਾਂਦਾ ਜੀ। ਅੱਛਾ ਵੈਸੇ ਮੈਂ ਦੇਖਿਆ ਜੀ, ਜਿੰਨਾ ਇਨ ਝੂਠ ਹੈ ਨਾ, ਝੂਠ ਬੋਲਿਆ ਜਾਂਦਾ। ਆਹ ਦੇਖੋ ਇੱਕ ਬੰਦਾ ਰੋ ਰਿਹਾ, ਕੌਣ? ਸ਼ਬਾਨਾ। ਸ਼ਬਾਨਾ ਨਲੀ ਵਗ ਰਹੀ ਹੈ ਕਿ ਆਂਸੂ ਬਹਿ ਰਹੇ ਹੈ? ਨਲੀ ਵਗ ਰਹੀ ਹੋਏਗੀ। Hello handsome, oh my god, really, thank you. ਲਓ ਜੀ ਫਿਰ ਆ ਗਿਆ ਪਹਿਲਾ ਅਖੀਰ ਐਂਡ। ਸਾਲਨ ਪਕਾਉਂਦੀ ਤੇ ਮੈਨੂੰ ਹਲਕੀ ਜਿਹੀ ਮਿਰਚ ਲੱਗਦੀ ਹੈ।
ਪਰਦਾ ਸਟੈਪ ਜੋ ਮੇਰੇ ਕੋਲ ਮੌਜੂਦ ਸੀ ਮੈਂ ਹਾਜ਼ਰ ਕੀਤਾ ਪੇਸ਼ ਕੀਤਾ ਆਪਕੀ ਖਿਦਮਤ ਮੇ ਕਾਦਰ ਹਜ਼ਰਾਤ ਮਸਲਾ ਇਹ ਹੈ ਕਿ ਇੱਕ ਤੋਂ ਯਹਾਂ ਪਰ ਮੈਂ ਜ਼ਾਹਿਰ ਹੈ ਇੰਜੋਏ ਕਰ ਰਹਾ ਹੂੰ ਇਸ ਲਾਈਵ ਸਟ੍ਰੀਮਿੰਗ ਕੋ ਉਸਕੇ ਲਈ ਮੈਂ ਮੇਰੀ ਏਡੀ ਨਹੀਂ ਹੈ ਲੇਕਿਨ ਜਿਹਨੇ ਕਿਹਾ ਇਹਦੀ ਜ਼ਿੰਦਗੀ ਬਹੁਤ ਮਸਤੀ ਹੋਈ ਹੋਈ ਹੈ ਸੁਣਾ ਹੋਗਾ ਸਿਰ ਗਿੱਲਾ ਇਸਨੇ ਮੁਝਕੋ ਯੇ ਜਬ ਤੱਕ ਟਿਸ਼ੂ ਨਾ ਨਾ ਦੇਤਾ ਅਭੀ ਜੀ ਕੌਣ ਹੈ ਕੌਣ ਹੈ ਭਾਈ ਕਿੱਥੋਂ ਆਇਆ ਆਹ ਕਿਹਦਾ ਮੁੰਡਾ ਪੁੱਤ ਅੱਛਾ ਆਪ ਐਸੇ ਫਿਰ ਹੋਤਾ ਤੋ ਬਾਅਦ ਯਾਰ ਕੋਈ ਰੋਟੀ ਪਰੇਸ਼ਾਨੀ ਬਣਾਈ ਹੈਗੀ ਬਤਾ ਦੀ ਉਸਮੈਂ ਬਾਹਰ ਇੱਕ ਬੰਦਾ ਗਾਰਡ ਇੰਨਾ ਖੜਾ ਕੀਤਾ ਐਜ ਅ ਗਾਰਡ ਗੰਦਾ ਗਾਰਡ ਵੀ ਉਹ ਮੈਨੂੰ ਅੰਦਰ ਹੀ ਆਉਣ ਦਿੰਦਾ ਕਹਿੰਦਾ ਭਾਅ ਜੀ ਸ਼ਨਾਖਤੀ ਕਾਰਡ ਦਿਖਾਓ ਮੈਂ ਕਿਹਾ ਭਾਅ ਜੀ ਮੇਰਾ ਬੇਫੋਮ ਬਣਿਆ ਕਹਿੰਦਾ ਨਹੀਂ ਸ਼ਨਾਖਤੀ ਕਾਰਡ ਦਿਖਾਓ ਮੈਂ ਕਿਹਾ ਸੋਹਣਿਆ ਮੈਂ ਨਿਕਾਹ ਕਰਨ ਆਇਆ ਮੈਂ ਸ਼ੋਅ ਕਰਨ ਆਇਆ ਬੜੀ ਮੁਸ਼ਕਿਲ ਫਿਰ ਉਹਨਾਂ ਦਾ ਸ਼ੋਅ ਹੋ ਮੈਂ ਕਹਿੰਦਾ ਜੀ ਭਾਅ ਜੀ ਵੈਰੀ ਹੈਪੀ ਰਾਈਟ ਨੋ ਆਈ ਡੋਂਟ ਨੋ ਵਾਈ ਰਸੂਲ ਭਾਈ ਹਮੇ ਦੇਖ ਵੀ ਰਹੇ ਔਰ ਸੁਣ ਵੀ ਰਹੇ ਕਾਈ ਔਰ ਸਾਇਰਾ ਬਾਜੀ ਕਹਿੰਦੀ ਆਪ ਡੇਲੀ ਲਾਇਵ ਆਇਆ ਕਰੇ ਹਾਂਜੀ ਡੇਲੀ ਆ ਜਾਇਆ ਕਰਾਂ ਮੈਂ ਬੜਾ ਗਵਰਨਮੈਂਟ ਦਾ ਬਣੀ ਡੇਲੀ ਆ ਜਾ ਐਕਸਲੈਂਟ ਸ਼ੋ ਖੁਦਾ ਕੀ ਕਸਮ ਚਲ ਝੂਟੀ ਰੋਟੀਆਂ ਪਕਾਏਗੀ ਚਲ ਝੂਟੀ ਕਮੈਂਟ ਸ਼ੇਅਰ ਵੀ ਕਰੇਗੀ ਚਲ ਝੂਟੀ ਆਸਿਫ ਜਵੇਦ ਭੱਟੀ ਸਾਹਿਬ ਉਹ ਬਿਸਮਿਲਲਾ ਸਰ ਕੇ ਜਾਵਾਂ ਭਾਜੀ ਹੁਣ ਇਹਦੇ ਭੱਟੀਆਂ ਲੱਗ ਪਏ ਵਾਹ 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 ਬਹੁਤ ਚਿਵੜੇ ਮੈਂ ਤੈਨੂੰ ਵੇਖ ਕੇ ਆਪਣੇ ਆਪ ਨੂੰ ਵੇਖਣ ਲੱਗਦਾ ਲੰਡੇ ਦਾ ਭੱਟੀ Any as just kidding so sweet bro Irfan bhai thank you very much and what's your good name Avesh bhai super ji meherbani janab bahut shukriya tada aur outstanding show with the shoda and the very good the you know everything is perfect with the tea with some cha pati is very dad pati ਏਡੀ ਅੰਗਰੇਜ਼ੀ ਨਾ ਲਿਖ ਵੀਰੇ ਫਿਰ ਪਤਾ ਕੀ ਮੇਰੀ ਜ਼ਰਾ ਫਸ ਫਸ ਕੇ ਚੱਲਦੀ ਹੈ ਆਹ ਠੀਕ ਹੈ ਇੰਨਾ ਕੋਈ ਲਵ ਯੂ ਭੱਟੀ ਜੀ ਇੰਨਾ ਉਹਨੇ ਮੈਂ ਖਤਮ ਕੀਤੀਆਂ ਉਹਦੇ ਬਾਵਜੂਦ ਐ ਸੜਨਾ ਨਹੀਂ ਦੁਆ ਕਰਨੀ ਹੈ ਹੈਪੀ ਬਰਥਡੇ ਸਾਲ ਕੀ ਰਹਾ ਓਏ ਮੈਨੂੰ ਤਾਂ ਪਤਾ ਹੀ ਨਹੀਂ ਏ ਜੀ ਭਾਈ ਤੁਮ ਜੀਓ ਹਜ਼ਾਰੋ ਸਾਲ ਏ ਜੀ ਭਾਈ ਤਾਂ ਕਰੇ ਏਡੀ ਤੇਰੀ ਉਮਰ ਹੋਵੇ ਤਾਂ ਕੀਰ ਬਾਦ ਸਾਹਿਬ ਮਿਹਰਬਾਨੀ ਅੱਛਾ ਯੇ ਲਵ ਯੂ ਬਹੁਤ ਮੈਸੇਜ ਆ ਗਏ ਜੀ ਨੇਮ ਲੇਤੇ ਹੋਏ ਮੂਛ ਦਿਖਾਤੇ ਹੈ ਯੇ ਲੈ ਜਨਾਬ ਅਜੇ ਛੋਟੀਆਂ ਯਾਰ ਵੱਡੀਆਂ ਹੋ ਜਾਣਗੀਆਂ ਜ਼ਰਾ ਨਵੀਆਂ ਨਵੀਆਂ ਰੱਖੀਆਂ ਅੱਛਾ ਇਹ ਨਕਲੀ ਨੇ ਮੈਂ ਇੱਥੋਂ ਚਾਹ ਕੇ ਨਾ ਲਾ ਕੇ ਵੀ ਰੱਖ ਸਕਣਾ ਅੱਜ ਉਹ ਸ਼ੋਅ ਖਤਮ ਹੋਣਾ ਤੁਹਾਡੇ ਭਰਾ ਨੇ ਲਾ ਕੇ ਜੇਬ 'ਚ ਪਾ ਲੈਣੀਆਂ ਚਾਹਨਾ ਦੀਆਂ ਜਿਵੇਂ ਤੁਸੀਂ ਚਾਹਨਾ ਦੇ ਮੋਬਾਈਲ ਦੇ ਇਸ ਵਕਤ ਮੈਨੂੰ ਦੇਖ ਰਹੇ ਹੋ ਗਰੀਬੋ ਅਰੇ ਬਾਜ ਹੋ ਨਾ ਚਲ ਛੱਡੋ ਯਾਰ ਏਡੀਆਂ ਨਹੀਂ ਕਰਨੀਆਂ ਅਸਲਾਮ ਅਲੈਕੁਮ ਜੀ ਬਾਦ ਸਲਾਮ ਮੁਹੰਮਦ ਅਮਾਦ ਕਰਮਾਨੀ ਸਾਹਿਬ ਖੁਰਮਾਨੀ ਕਰਮਾਨੀ ਮਲਕ ਯੂਬ ਆਰ ਜੇ ਦੇਖੋ ਇੱਟ ਪੁੱਠੋ ਥੱਲੋ ਆਰ ਜੇ ਨਿਕਲ ਰਿਹਾ ਆਰ ਜੇ ਨਾ ਹੋ ਗਏ ਬਈ ਦੇਰ ਹੋ ਗਏ ਅੱਛਾ ਜੀ ਬਾ ਪੜ੍ਹ ਲੈ ਜੀ ਬਹੁਤ ਹੋ ਗਿਆ ਹੋਰ ਹੈ ਜੀ ਉਸ ਤੋਂ ਬਾਅਦ ਬ੍ਰੇਕ ਆ ਆਹ ਗਾਣਾ ਸੁਣਦੇ ਆ ਗਾਣੇ ਦੇ ਵਿੱਚ ਜ਼ਰਾ ਭੰਗੜਾ ਗੋ ਵੈਂਡ ਗੌਨ ਹੋ ਜਾਵਾਂਗੇ ਲੇਕਿਨ ਇੱਕ ਬਾਤ ਮੈਂ ਫਿਰ ਦੱਸਾਂ ਅਸੀਂ ਹਰ ਦੋ ਹਫ਼ਤੇ ਤੋਂ ਬਾਅਦ ਇੱਕ ਵਾਰੀ ਆਈਦਾ ਸਾਡੇ ਸਾਰੇ ਆਰਜੇ ਜਿਹੜੇ ਹੈਗੇ ਆ ਉਹ ਆਪਣਾ ਲਾਈਵ ਆਉਂਦੇ ਆ ਫੇਸਬੁੱਕ ਦੇ ਪੇਜ 'ਤੇ ਕੋਸ਼ਿਸ਼ ਇਹੀ ਹੈ ਕਿ ਜਿਹੜੇ ਸੋਸ਼ਲ ਮੀਡੀਆ ਦੇ ਲੋਕ ਹੈਗੇ ਸਾਡੇ ਨਾਲ ਐਡ ਜਿਹੜੇ ਪੋਸਟਾਂ ਲਾਈਕ ਕਰਦੇ ਆ ਜਾਂ ਕੋਈ ਕਮੈਂਟ ਕਰਦੇ ਆ ਉਹਨਾਂ ਦੀ ਜ਼ਰਾ ਦਿਲ ਲੱਗਾ ਇਹਦੇ 'ਚ ਇੰਟਰਸਟ ਨਹੀਂ ਹੈ ਨਹੀਂ ਯਾਰ ਆਹ ਗਾਣਾ ਨਹੀਂ ਅੱਛਾ ਆਹ ਲਾਉਂਦੇ ਆ ਲੋਕ ਕੇ